ਬਰਗਾੜੀ ਪੁਲਿਸ ਚੌਂਕੀ ਦੇ ਇੰਚਾਰਜ ਦੀ ਬਦਲੀ ਕਰਕੇ ਮ੍ਰਿਤਕ ਸਰਪੰਚ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਨਜਿੰਦਰ ਸਿੰਘ, ਜਗਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਬਹਿਬਲ ਕਲਾਂ ਦੇ ਖਿਲਾਫ ਥਾਣਾ ਬਾਜਾਖਾਨਾ ਦੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋ ਜਾਣ ਦੇ ਬਾਵਜੂਦ ਵੀ ਪੀੜਿਤ ਪਰਿਵਾਰ ਅਜੇ ਤੱਕ ਉਕਤ ਕਾਰਵਾਈ ਤੋਂ ਸੰਤੁਸ਼ਟ ਨਹੀਂ ਜਾਪ ਰਿਹਾ। ਸੇਵਕ ਵੈਬ ਟੀਵੀ ਲਈ ਕੋਟਕਪੁਰਾ ਤੋਂ ਗੁਰਪ੍ਰੀਤ ਔਲਖ ਦੀ ਰਿਪੋਰਟ। ਖਿਲਾਫ ਜਿਹੜੀ ਹੈ ਸੰਘਰਸ਼ ਵਿੱਢਿਆ ਜਾਊਗਾ। ਇਹ ਜਿਹੜੇ ਪਰਿਵਾਰ ਨੇ ਇੱਕ ਐਪਲੀਕੇਸ਼ਨ ਦੇ ਵਿੱਚ ਦਿੱਤੇ ਹੋਏ ਆ ਕਿ ਵੀ ਇੱਕ ਜਿਹੜਾ ਬਿਜਲੀ ਵਾਲਾ ਸਿੰਘ ਸੀਗਾ ਜਿਹੜਾ ਉਹਨੂੰ ਟੋਰਚਰ ਕਰਦਾ ਸੀ, ਜੇਈ ਸਾਹਿਬ ਸੀਗੇ ਅਤੇ ਜਿਨ੍ਹਾਂ ਨੇ ਨਜਾਇਜ਼ ਇਹਨਾਂ 'ਤੇ ਚੋਰੀ ਬਿਜਲੀ ਦਾ ਪਾਇਆ, ਪਰਚਾ ਪਾਇਆ, ਜਦੋਂ ਕਿ 2 ਮੀਟਰ ਇਹਨਾਂ ਦੇ ਲੱਗੇ ਹੋਏ ਸੀਗੇ। ਇੱਕ ਜਿਹੜਾ ਮੀਟਰ ਸੀ ਉਹਦਾ ਬਿੱਲ 6,000 ਭਰਦੇ ਸੀ, 1 ਮੀਟਰ ਦਾ ਜਿਹੜਾ ਬਿੱਲ ਸੀ ਇਹ 8,000 ਮਹੀਨੇ ਦਾ ਭਰਦੇ ਸੀ। ਦੱਸੋ ਐਡਾ ਸਰਪੰਚ ਹੋਵੇ ਪਿੰਡ ਦਾ ਚੋਰ ਹੋਊਗਾ। ਇਸ ਕਰਕੇ ਜਿਹੜਾ ਪ੍ਰੈਸ਼ਰ ਪਾਇਆ ਸੀ, ਇਸ ਕਰਕੇ ਇਹ ਜਿਹੜਾ ਇਹਨਾਂ ਦਾ ਜਿਹੜਾ ਜੁਰਮਾਨਾ ਉਹ ਵੀ ਰੱਦ ਹੋਣਾ ਚਾਹੀਦਾ। ਦੋਸ਼ੀਆਂ ਦੇ ਖਿਲਾਫ ਅਸੀਂ ਮੰਗ ਕਰਾਂਗੇ ਕਿਉਂਕਿ ਅਸੀਂ ਤਾਂ ਪਹਿਲੀ ਵਾਰੀ ਨੁਮਾਇੰਦੇ ਤੌਰ 'ਤੇ ਜਿਹੜੀਆਂ ਜਥੇਬੰਦੀ ਤੌਰ 'ਤੇ ਇਹ ਜਿਹੜਾ ਮੈਮੋਰੈਂਡਮ ਜਾਂ ਦੇ ਕੇ ਇਸ ਗੱਲ ਨੂੰ ਸੰਘਰਸ਼ ਨੂੰ ਜਿਹੜਾ ਜੁਰਮਾਨਾ ਪਾਇਆ ਗਿਆ ਸੀ ਪਰਿਵਾਰ ਦੇ ਕਹਿਣ ਦੇ ਮੁਤਾਬਕ ਉਹ ਭਰ ਦਿੱਤਾ ਗਿਆ। ਵੇਖੋ ਜੀ, ਪਰਿਵਾਰ ਦੇ ਉੱਤੇ ਜਦੋਂ ਪ੍ਰੈਸ਼ਰ ਪਾਇਆ ਸੀ ਇਹਨਾਂ ਨੇ 25,000 ਰੁਪਏ ਸ਼ਾਇਦ ਉਹਦਾ ਭਰਿਆ, 55,000 ਜੁਰਮਾਨਾ ਹੋਇਆ ਸੀ, ਫਿਰ ਕੁਝ ਮਾਫ਼ ਹੋ ਗਿਆ, 10,000 ਉਹਦਾ ਰਹਿੰਦਾ ਸੀ। ਇਹ ਜਿਹੜਾ ਕਿ ਬੜੀ ਘਿਨਾਉਣੀ ਹਰਕਤ ਹੈ, ਇਹ ਨਹੀਂ ਸੀ ਹੋਣੀ ਚਾਹੀਦੀ। ਕਿੰਨਾ ਟਾਈਮ ਜਥੇਬੰਦੀਆਂ ਦਾ ਸਾਥ ਦੇਊਗੀ? ਅਸੀਂ ਲਗਾਤਾਰ ਹੀ ਦੇਵਾਂਗੇ, ਅੱਗੇ ਤਾਂ ਦੇ ਰਹੇ ਹਾਂ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੁਸੀਂ ਬਗਰਾੜੀ ਜੂ ਧਰਨਾ ਲਾਇਆ ਸੀਗਾ ਜੀ, ਉਹ ਜਾਣ ਕੇ ਮੰਗਾਂ ਪੂਰੀਆਂ ਹੋਣ ਦੇ ਬਾਅਦ ਤੁਸੀਂ ਨਹੀਂ ਚੱਕਿਆ, ਜਲਦੀ ਚੱਕ ਲਿਆ, ਉਹ ਤਾਂ ਤੁਸੀਂ ਪੂਰਾ ਨਹੀਂ ਲਾਇਆ ਤੇ ਇਹ ਕਿੱਥੋਂ ਸਾਥ ਨਿਭਾ ਦੋਗੇ ਤੁਸੀਂ? ਕਿਉਂ ਨਹੀਂ ਪੂਰਾ ਲਾਇਆ ਜੀ? ਕੌਣ ਕਹਿੰਦਾ? ਕਿੱਥੇ ਜਾਏ ਐਸਐਸਪੀ ਕਿਹੜਾ ਕਿਹਨੇ ਅੰਦਰ ਕਰਾਇਆ? ਗੁਰੂ ਗ੍ਰੰਥ ਸਾਹਿਬ ਦੇ ਕਿੱਥੇ ਜੋ ਸਾਰੀਆਂ ਜਮਾਤਾਂ ਦੇ ਬਾਹਰ ਤੁਰੇ ਫਿਰਦੇ? ਨਹੀਂ ਨਹੀਂ, ਦੱਸੋ ਕਿੱਥੇ ਕਰਵਾਏ? ਗੁਰੂ ਨੰਗਲ ਕਿਹਨੇ ਅੰਦਰ ਕਰਾਇਆ? ਸਿਰਫ ਗੋਂਗਲਾਂ ਤੇ ਮਿੱਟੀ ਝਾੜੀ ਜਥੇਬੰਦੀਆਂ ਨੇ। ਨਹੀਂ ਇਹ ਲੜਾਈ ਨਾ ਗੋਂਗਲਾਂ, ਇਸੇ ਜਥੇਬੰਦੀਆਂ ਲੜਾਈ ਅੱਜ ਲੜੀ, ਕੱਲ ਵੀ ਲੜਨਗੇ, ਫਿਰ ਵੀ ਲੜਨਗੇ। ਜਿਨ੍ਹਾਂ ਨੇ ਮਿੱਟੀ ਵੀ ਨਹੀਂ ਝਾੜੀ। ਅਕਾਲੀ ਦਲ ਅੰਮ੍ਰਿਤਸਰ, ਇਹਦੇ ਯੂਨਾਈਟਿਡ ਅਕਾਲੀ ਦਲ, ਦਾਦੂ ਸਾਹਿਬ ਪੰਥਕ ਲਹਿਰ ਅਤੇ ਇਹ ਜਿਹੜੇ ਸਿੰਘ ਆ ਗਏ ਹੈ, ਇਹਨਾਂ ਦੇ ਜ਼ਮੀਰ ਜਾਗਦੀ ਸੀ ਆ ਗਏ ਆ। ਇਹ ਤਾਂ ਫਰਜ਼ ਤਾਂ ਹਰੇਕ ਸਿੱਖ ਦਾ ਹੀ ਹੈ, ਹਰੇਕ ਸਿੱਖ ਨੂੰ ਇੱਥੇ ਆਉਣਾ ਚਾਹੀਦਾ। ਅਸੀਂ ਫਿਰ ਵੀ ਕਹਿੰਦੇ ਹਾਂ ਹਰੇਕ ਪੰਥ ਨੂੰ ਆਉਣਾ ਚਾਹੀਦਾ, ਹਰੇਕ ਨੂੰ ਇੱਥੇ ਬੁੱਧੀਜੀਵੀ ਨੂੰ ਆਉਣਾ ਚਾਹੀਦਾ। ਕੁਝ ਖਬਰਾਂ ਲੱਗਦੀਆਂ ਕਿ ਉਹਦੇ ਜਿਹੜੇ ਗਵਾਹ ਹੋਰ 25 ਗਵਾਹ ਹੋ ਰਹੇ ਨੇ। ਹਾਂਜੀ, ਪਿੰਡ ਦੇ ਵਿੱਚ ਗਵਾਹ ਤਾਂ ਹੈਗੇ, ਹੋਰ ਵੀ ਹੈਗੇ ਆ, ਉਹਨਾਂ ਨੂੰ ਵੀ ਲੜਾਈ ਲਗਾਤਾਰ ਲੜਨੀ ਚਾਹੀਦੀ ਆ। ਉਹ ਸਾਰਿਆਂ ਨੂੰ ਇਹਨਾਂ ਦੇ ਪਰਿਵਾਰ ਦੇ ਘਰੇ ਆਉਣਾ ਚਾਹੀਦਾ, ਇਹਨਾਂ ਨੂੰ ਮਿਲ ਜੁਲ ਕੇ ਚੱਲਣਾ ਚਾਹੀਦਾ। ਕੀ ਅੱਜ ਕੋਈ ਆਇਆ ਉਹਨਾਂ 'ਚ? ਉਹਨਾਂ ਦੇ ਵਿੱਚੋਂ ਸਨੀ ਅੱਜ ਨਹੀਂ ਕੋਈ ਆਇਆ। ਪਰਚਾ ਹੋਇਆ ਜਿਹੜਾ ਉਹਦਾ ਕੀ ਕਿਹੜਾ ਹੋਇਆ ਪਰਚਾ, ਕੀ ਸਜ਼ਾ ਹੋ ਸਕਦੀ ਉਹਦੀ? ਐਫ ਆਈ ਆਰ ਨੰਬਰ, ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਨੂੰ ਇਨਫੋਰਮੇਸ਼ਨ ਹੈ, ਐਫ ਆਈ ਆਰ ਨੰਬਰ 5 ਬਲਵੀਰ ਸਿੰਘ, ਧਾਰਾ 336, ਧਾਰਾ 506 ਅਤੇ ਆਰਮਜ਼ ਐਕਟ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਉਹ ਧਾਰਾ ਦੇ ਮੁਤਾਬਕ ਉਹ ਪਰਚਾ ਦਰਜ ਹੈ। ਐਫ ਆਈ ਆਰ ਸਾਨੂੰ ਮਿਲੂਗੀ, ਉਹਦੇ 'ਚ ਪੜ੍ਹਾਂਗੇ, ਅਗਲੀ ਕਾਰਵਾਈ ਫਿਰ ਦੱਸਾਂਗੇ। ਇਹ ਪਰਚਾ ਦਰਜ ਹੈ, ਕੌਮ ਦੇ ਦਬਾਅ ਦੇ ਨਾਲ ਕੰਮ ਸ਼ੁਰੂ ਤਾਂ ਹੋਇਆ, ਇਹ ਅਖੀਰ ਜਿੱਤ ਹੋਣੀ ਹੈ ਕਿਉਂਕਿ ਇਸ ਸਿੰਘ ਨੇ ਜਿਹੜੀ ਇਹ ਅਗਵਾਈ ਦਿੱਤੀ ਹੈ, ਇਹ ਜਿਹੜੇ ਸਿੰਘ ਕਿਸ਼ਨ ਭਗਵਾਨ ਸਿੰਘ ਗੁਰੂ ਲਈ ਸ਼ਹੀਦ ਹੋਏ ਹੈ, ਗੁਰੂ ਦੇ ਲਈ ਸ਼ਹੀਦ ਹੋਏ ਹੈ, ਉਹਨਾਂ ਲਈ ਸ਼ਹਾਦਤ ਦਿੱਤੀ ਹੈ। ਇਸ ਕਰਕੇ ਸੱਚ ਲਈ ਇਹਨਾਂ ਨੇ ਸ਼ਹਾਦਤ ਲਈ ਗਵਾਹੀ ਦਿੱਤੀ ਹੈ ਅਤੇ ਇਹ ਜਿੱਤ ਹੋਣੀ ਹੋਣੀ।